ਸਤਿ ਸ਼੍ਰੀ ਅਕਾਲ ਜੀ ਤੁਸੀਂ ਇਸ ਵਕਤ ਸਾਰੇ ਪ੍ਰਾਈਮ ਏਸ਼ੀਆ ਟੀ ਵੀ 'ਤੇ ਲਾਈਵ ਹੋ ਅਤੇ ਅਸੀਂ ਸਰੀ ਦੇ ਬਿਲਕੁਲ ਪਾਇਲ ਬਿਜ਼ਨਸ ਸੈਂਟਰ ਦੇ ਸਾਹਮਣੇ ਖੜ੍ਹੇ ਹਾਂ ਜੀ। ਇੱਧਰ ਹੁਣੇ ਹੁਣੇ ਜਿਹੜਾ ਚੰਦ ਮਿੰਟ ਪਹਿਲਾਂ ਇੱਕ ਕਾਫੀ ਭਿਆਨਕ ਸੜਕ ਹਾਦਸਾ ਜਿਹੜਾ ਇੱਥੇ ਹੋਇਆ, ਐਮਰਜੈਂਸੀ ਕਰੂ ਇੱਥੇ ਪਹੁੰਚ ਚੁੱਕਿਆ। ਸੋ ਕਾਫੀ ਵੱਡਾ ਹਾਦਸਾ ਲੱਗਦਾ, ਚਾਰ ਗੱਡੀਆਂ ਇਹ ਸਾਰੇ ਕੁਛ ਦੇ ਵਿੱਚ ਇਨਵੋਲਵ ਨੇ। ਸੋ ਸਰੀ ਦੀ 80 ਐਵਨਿਊ ਅਤੇ 128 ਸਟਰੀਟ ਦੇ ਕੋਲ ਇੱਧਰ ਲਿਟਲ ਇੰਡੀਆ ਪਲਾਜ਼ੇ ਦੇ ਸਾਹਮਣੇ ਅਤੇ ਉਹ ਸਾਹਮਣੇ ਪਾਇਲ ਬਿਜ਼ਨਸ ਸੈਂਟਰ ਆ। ਸੋ ਚਾਰ ਗੱਡੀਆਂ ਇਨਵੋਲਵ ਨੇ ਇੱਥੇ। ਸੜਕ ਜਿਹੜੀ ਬੰਦ ਕਰ ਦਿੱਤੀ ਗਈ ਆ, ਸੋ ਤੁਸੀਂ ਕੋਈ ਹੋਰ ਰਸਤਾ ਯੂਜ਼ ਕਰ ਸਕਦੇ ਹੋ ਜਿਹੜੇ ਵੀ ਇਸ ਤਰਫ ਨੂੰ ਆ ਰਹੇ ਆ ਜੀ। ਸੋ ਦੋਵੇਂ ਪਾਸੇ ਗੱਡੀਆਂ ਗਈਆਂ ਆ। ਸੋ ਕਾਫੀ ਵੱਡੀ ਟੱਕਰ ਜਿਹੜੀ ਹੋਈ ਆ, ਏਅਰਬੈਗ ਗੱਡੀਆਂ ਦੇ ਖੁੱਲ੍ਹ ਚੁੱਕੇ ਨੇ, ਉੱਧਰ ਗੱਡੀ 'ਚੋਂ ਧੂੰਆਂ ਵੀ ਜਿਹੜਾ ਨਿਕਲ ਰਿਹਾ। ਐਮਰਜੈਂਸੀ ਕਰੂ ਆ ਕੇ ਦੇਖ ਰਿਹਾ ਕਿ ਜੇ ਕੋਈ ਵਿੱਚ ਫਸਿਆ ਉਹਨੂੰ ਕੱਢਣ ਦੀ ਕੋਸ਼ਿਸ਼ ਜਿਹੜੀ ਆ ਉਹ ਉੱਧਰ ਕੀਤੀ ਜਾ ਰਹੀ ਆ ਜੀ। ਸਰੀ ਦੇ ਵਿੱਚ ਇਹ ਪਾਇਲ ਬਿਜ਼ਨਸ ਸੈਂਟਰ ਦੇ ਲਾਗੇ ਇੱਧਰ ਲਿਟਲ ਇੰਡੀਆ ਪਲਾਜ਼ੇ ਦੇ ਮੂਹਰੇ 128 ਸਟਰੀਟ ਉੱਧਰ ਸਾਹਮਣੇ ਅਤੇ 80 ਐਵਨਿਊ ਦੇ ਉੱਤੇ ਇਹ ਜਿਹੜਾ ਹਾਦਸਾ ਹੁਣੇ ਹੁਣੇ ਇੱਥੇ ਹੋਇਆ ਜੀ। ਐਮਰਜੈਂਸੀ ਕਰਿਊ ਪਹੁੰਚਿਆ ਹੀ ਆ ਜੀ, ਇੱਧਰ ਐਂਬੂਲੈਂਸ ਵੀ ਪਹੁੰਚ ਚੁੱਕੀ ਆ। ਸੋ ਪੋਲ ਵੀ ਇੱਧਰ ਡਿੱਗ ਚੁੱਕੇ ਨੇ ਲਾਈਟਾਂ ਵਾਲੇ ਅਤੇ ਸੋ ਜੇ ਤੁਸੀਂ 128 ਸਟਰੀਟ ਅਤੇ 80 ਐਵੀਨਿਊ ਯੂਜ਼ ਕਰ ਰਹੇ ਹੋ ਜਿਹੜੇ ਵੀ ਸਰੀ ਤੋਂ ਨੇ ਉਹ 80 ਐਵੀਨਿਊ ਨੂੰ ਅਵੋਇਡ ਕਰ ਸਕਦੇ ਨੇ। ਇਹ ਕਲੀਅਰ ਹੁੰਦਿਆਂ ਸਮਾਂ ਲੱਗ ਹੀ ਜਾਣਾ ਕਿਉਂਕਿ ਹਾਦਸਾ ਕਾਫੀ ਵੱਡਾ ਹੋਇਆ ਜੀ। ਨੁਕਸਾਨ ਜਾਨੀ ਮਾਲੀ ਕਿੰਨਾ ਕੁ ਹੋਇਆ ਇਹਦਾ ਸਾਨੂੰ ਥੋੜ੍ਹੇ ਚਿਰ ਤੱਕ ਜਿਹੜਾ ਉਹ ਪਤਾ ਲੱਗ ਜਾਵੇਗਾ। ਸੋ ਰੋਡ ਲਾਈਨਅਪ ਸਾਰੇ ਪਾਸੇ ਲੰਬੀ ਜਿਹੜੀ ਲੱਗ ਚੁੱਕੀ ਆ। ਸੋ 80 ਐਵਨਿਊ ਨੂੰ ਅਵੋਇਡ ਕਰ ਸਕਦੇ ਹੋ ਤੁਸੀਂ ਜੇ ਤੁਸੀਂ 128 ਸਟਰੀਟ 'ਤੇ ਆਉਣਾ ਹੈ, ਹੋਰ ਕੋਈ ਪੈਰਲਲ ਲਾਗੇ ਬੰਨੇ ਐਵਨਿਊ ਲੈ ਕੇ ਆ ਸਕਦੇ ਹੋ। ਐਮਰਜੈਂਸੀ ਕਰਿਊ ਦੀਆਂ ਗੱਡੀਆਂ ਇੱਥੇ ਪਹੁੰਚ ਚੁੱਕੀਆਂ ਨੇ ਅਤੇ ਉਹਨਾਂ ਵੱਲੋਂ ਜਿਹੜਾ ਦੇਖਿਆ ਜਾ ਰਿਹਾ ਕਿ ਜੋ ਜੇ ਕੋਈ ਸੱਟ ਲੱਗੀ ਹੈ ਕਿਸੇ ਨੂੰ ਤਾਂ ਉਹਨਾਂ ਨੂੰ ਸਹੀ ਜਗ੍ਹਾ 'ਤੇ ਪਹਿਲਾਂ ਪਹੁੰਚਾਇਆ ਜਾਵੇ, ਫਿਰ ਗੱਡੀਆਂ ਨੂੰ ਉੱਥੋਂ ਕਲੀਅਰ ਕੀਤਾ ਜਾਊਗਾ। ਹਾਦਸੇ ਦਾ ਕਾਰਨ ਅਜੇ ਤੱਕ ਤਾਂ ਨਹੀਂ ਪਤਾ ਲੱਗ ਸਕਿਆ, ਪਰ ਵੇਖਣ 'ਚ ਇਵੇਂ ਲੱਗ ਰਿਹਾ ਜਿੱਦਾਂ ਇੱਥੋਂ ਕੋਈ ਲੈਫਟ ਟਰਨ ਕਰਨ ਵੇਲੇ, ਕਿਉਂਕਿ ਗੱਡੀਆਂ ਇੱਕ ਗੱਡੀ ਆਹ ਖੜ੍ਹੀ ਹੈ ਇੱਧਰ, ਇੱਕ ਗੱਡੀ ਇੱਧਰ ਆ, ਇੱਕ ਗੱਡੀ ਉਹ ਪਿੱਛੇ ਵੀ ਖੜ੍ਹੀ ਆ, ਉਹ ਪਿੱਛੇ ਅਸੀਂ ਦੂਰ ਤੱਕ ਜੇ ਦੇਖ ਸਕਦੇ ਹਾਂ। ਅਤੇ ਸੋ ਜੇ ਕੋਈ 80 ਐਵੀਨਿਊ 'ਤੇ ਆ ਤਾਂ ਇਹਨੂੰ ਜ਼ਰੂਰ ਅਵੋਇਡ ਕਰਕੇ ਆਪਣੇ ਜੇ ਜ਼ਰੂਰੀ ਕੰਮ ਕਰ ਲਈ ਜਾਣਾ ਅਤੇ 80 ਐਵੀਨਿਊ ਨੂੰ ਅਵੋਇਡ ਕੀਤਾ ਜਾਵੇ ਅਗਲੇ ਘੱਟ ਤੋਂ ਘੱਟ 2 ਘੰਟਿਆਂ ਲਈ। ਉਮੀਦ ਆ ਉਦੋਂ ਤੱਕ ਰੋਡ ਕਲੀਅਰ ਕਰਦੇ ਹਾਂ, ਮਿਨੀਮਮ 1 ਘੰਟਾ ਤਾਂ ਕਿਤੇ ਨਹੀਂ ਗਿਆ। ਸੋ ਇੱਕ BMW ਗੱਡੀ ਆ ਉੱਧਰ, ਕਾਫੀ ਜਿਹੜੀ ਹਾਦਸਾ ਜ਼ਿਆਦਾ ਨੁਕਸਾਨ ਜਿਸ ਗੱਡੀ ਨੂੰ ਪਹੁੰਚਿਆ ਉਹ ਸਭ ਤੋਂ ਉੱਧਰ ਖੜ੍ਹੀ ਹੈ ਜੀ, ਸਭ ਤੋਂ ਵੱਧ ਨੁਕਸਾਨ ਇਸ ਗੱਡੀ ਨੂੰ ਪਹੁੰਚਿਆ। ਧਿਆਨ ਨਾਲ ਕੇਅਰਫੁਲੀ ਸੜਕਾਂ ਦੇ ਉੱਤੇ, ਖਾਸ ਕਰਕੇ ਸਰੀ ਦੇ ਵਿੱਚ, ਕਿਉਂਕਿ ਟ੍ਰੈਫਿਕ ਇੰਨੀ ਜ਼ਿਆਦਾ ਆਲਰੇਡੀ ਹੁੰਦੀ ਹੈ ਜਦੋਂ, ਅਤੇ ਇਸ ਬਿਜ਼ੀ ਆਵਰ ਦੇ ਵਿੱਚ ਅਤੇ ਖਾਸ ਤੌਰ ਦੇ ਉੱਤੇ ਜਦੋਂ ਬਿਲਕੁਲ ਵੀ ਧਿਆਨ ਸਾਡਾ ਇੱਧਰ ਉੱਧਰ ਹੁੰਦਾ ਅਤੇ ਵੱਡੇ ਹਾਦਸੇ ਜਿਹੜੇ ਉਹ ਅਸੀਂ ਦੇਖਦੇ ਹਾਂ। ਕਾਫੀ ਛੋਟੇ ਛੋਟੇ ਵੀ ਹੁੰਦੇ ਪਰ ਇੱਦਾਂ ਦੇ ਵੱਡੇ ਹਾਦਸੇ ਜਦੋਂ ਹੁੰਦੇ ਨੇ ਅਤੇ ਉਹਨਾਂ ਨੂੰ ਅਵੋਇਡ ਕਿਸ ਤਰ੍ਹਾਂ ਕੀਤਾ ਜਾ ਸਕਦਾ, ਕਿਵੇਂ ਹੱਲ ਹੋ ਸਕਦਾ, ਜ਼ਰੂਰ ਅਸੀਂ ਧਿਆਨ ਦਿਆ ਕਰੀਏ। ਇੱਧਰ ਵੀ ਇਹ ਗੱਡੀ ਫੱਟੜ ਹੋਈ ਆ, ਸੋ ਆ ਪੋਲ ਦੇ ਵਿੱਚ ਵੱਜੀ ਆ, ਪੋਲ ਵੀ ਜਿਹੜੇ ਰੇਲਵੇ ਲਾਈਨ ਵਾਲਾ ਪੋਲ ਆ ਇਹ ਵੀ ਇੱਥੇ ਟੁੱਟਿਆ ਪਿਆ ਜੀ, ਫਾਟਕ ਜਿਹੜਾ।
ਹੋਰ ਇੱਕ ਐਂਗਲ ਤੋਂ ਨੇੜੇ ਜਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ। Sorry? Sorry? Did you see the whole thing? No, I didn't see it. I just came after. ठीक है भाई। BMW ਨੂੰ ਸਭ ਤੋਂ ਜ਼ਿਆਦਾ ਨੁਕਸਾਨ ਜਿਹੜੀ ਸਾਹਮਣੇ ਖੜੀ ਤੁਸੀਂ ਦੇਖ ਸਕਦੇ ਹੋ ਕਿ ਏਅਰ ਬੈਗਸ ਸਾਰੇ ਖੁੱਲ੍ਹ BMW ਕਾਫੀ ਨੁਕਸਾਨ ਹੋਇਆ ਜੀ, ਉਹਦਾ ਜਾਇਜ਼ਾ ਜਿਹੜਾ ਅਧਿਕਾਰੀ ਲੈ ਰਹੇ ਨੇ ਇਸ ਵਕਤ। ਸੋ ਸਾਰੀ ਟੋਟਲ ਲਾਸ ਤਕਰੀਬਨ ਹੋ ਚੁੱਕੀ ਹੈ BMW, ਸਾਰੇ ਏਅਰਬੈਗਸ ਖੁੱਲ੍ਹ ਚੁੱਕੇ ਨੇ। ਹੁਣ ਇਹਦੇ ਵਿੱਚ ਕੋਈ ਵਿਅਕਤੀ ਅਤੇ ਆਈ ਥਿੰਕ ਆਲਰੇਡੀ ਉਹ ਕੱਢ ਚੁੱਕੇ ਗਏ ਨੇ ਜਿਹੜੇ ਵਿੱਚ ਸੀਗੇ। ਕੋਈ ਜਾਨੀ ਨੁਕਸਾਨ ਤਾਂ ਸ਼ਾਇਦ ਨਹੀਂ ਹੋਇਆ, ਪਰ ਜਿਵੇਂ ਵੀ ਸਾਨੂੰ ਕੋਈ ਡਿਟੇਲਸ ਕੁਛ ਪਹੁੰਚਦੀਆਂ ਨੇ ਇਹਦੀਆਂ, ਅਸੀਂ ਜ਼ਰੂਰ ਤੁਹਾਡੇ ਤੱਕ ਸਾਂਝੀਆਂ ਕਰਾਂਗੇ। ਸ਼ਨਾਖਤ ਗੱਡੀ ਦੀ ਕਰਨ ਦੀ ਮੇਰੇ ਖਿਆਲ ਜਿਹੜੇ ਅਧਿਕਾਰੀ ਸਾਰੀ ਫਾਇਰ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਨਾਲ ਦੀ ਨਾਲ ਹੀ ਇੰਜਣ ਨੂੰ ਧੂੰਆਂ ਵੀ ਵਿੱਚੋਂ ਨਿਕਲ ਰਿਹਾ, ਸੋ ਅੱਗ ਨਾ ਲੱਗੇ ਉਹਦੇ ਕਾਰਨ ਵੀ ਉਹਨੂੰ ਅੱਗ ਲੱਗਣ ਤੋਂ ਪ੍ਰੀਵੈਂਟ ਕਰਨ ਲਈ ਵੀ ਮੇਰੇ ਖਿਆਲ ਜਿਹੜਾ ਸੈਂਡ ਮਟੀਰੀਅਲ ਯੂਜ਼ ਕੀਤਾ ਜਾ ਰਿਹਾ ਐਕਸਟਿੰਗੁਇਸ਼ਰ ਦਾ। ਇਹ ਜਸਵਿੰਦਰ ਬਾਠ ਜੀ, ਇਹ ਅਸੀਂ ਸਰੀ ਦੀ 80 Avenue 'ਤੇ ਮੌਜੂਦ ਹਾਂ ਜੀ, ਲਿਟਲ ਇੰਡੀਆ ਪਲਾਜ਼ੇ ਦੇ ਬਿਲਕੁਲ ਸਾਹਮਣੇ। ਸੋ ਇੱਧਰ ਲਿਟਲ ਇੰਡੀਆ ਪਲਾਜ਼ਾ ਹੈ ਜੀ, ਸੋ 80 Avenue ਦੇ ਉੱਤੇ। ਸੋ ਦੂਰ ਦੂਰ ਤੱਕ ਲਾਈਨ ਅਪ ਆਲਰੇਡੀ ਲੱਗ ਚੁੱਕੀ ਹੈ, ਤੁਸੀਂ 80 Avenue ਨੂੰ ਅਵੋਇਡ ਕਰ ਸਕਦੇ ਹੋ ਜਿਸ ਵੀ ਬੰਨੇ ਹੋ, ਜਿਸ ਵੀ ਤਰਫੋਂ ਕੋਈ ਵੀ ਪਹੁੰਚ ਰਿਹਾ ਜੀ। ਉਹ ਸਾਹਮਣੇ ਪਾਇਲ ਬਿਜ਼ਨਸ ਸੈਂਟਰ ਦੀ 80 Avenue ਤੋਂ ਜਿਹੜੀ ਐਂਟਰੈਂਸ ਆ ਉਹਦੇ ਬਿਲਕੁਲ ਮੂਹਰੇ ਹੋਇਆ ਜੀ। ਸਾਹਮਣੇ ਪੋਲ ਵੀ ਡਿੱਗੇ ਨੇ, 4 ਗੱਡੀਆਂ ਕੋਲ ਐਕਸੀਡੈਂਟ ਦੇ ਵਿੱਚ ਇਨਵੋਲਵ ਨੇ, ਅਤੇ ਅਧਿਕਾਰੀ ਜਿਹੜੇ ਆ 911 ਜਿਹੜੇ ਫਸਟ ਰਿਸਪੋਂਡਰਸ ਨੇ ਉਹਨਾਂ ਵੱਲੋਂ ਪਹੁੰਚ ਕੇ ਇੱਥੇ ਸਾਰਾ ਹੁਣ ਜਾਇਜ਼ਾ ਮੌਕੇ ਦਾ ਲਿਆ ਜਾ ਰਿਹਾ ਜੀ। ਲੋਕਾਂ ਦੀ ਵੀ ਕਾਫੀ ਗਿਣਤੀ 'ਚ ਸਾਰੇ ਬੰਨੇ ਖੜ੍ਹੇ ਨੇ। ਰੰਧਾਵਾ ਸਾਹਿਬ ਤੁਹਾਡਾ ਧੰਨਵਾਦ ਜੀ, ਧਿਆਨ ਨਾਲ ਤੁਸੀਂ ਵੀ ਬਾਹਰ ਅੰਦਰ ਜਾਂਦੇ ਜੋ ਰੰਧਾਵਾ ਜੀ ਗੱਡੀ ਗੁੱਡੀ 'ਤੇ ਬਿਲਕੁਲ ਕੇਅਰਫੁੱਲ ਹੋ ਕੇ, ਅਤੇ ਹੋਰ ਜਦੋਂ ਵੀ ਜਿਵੇਂ ਵੀ ਇਸ ਚੀਜ਼ ਦੀ ਕੋਈ ਵੀ ਅਪਡੇਟ ਆਉਂਦੀ ਹੈ ਜੀ ਤੁਹਾਡੇ ਤੱਕ ਜ਼ਰੂਰ ਪਹੁੰਚਾਉਂਦੇ ਹਾਂ। ਸੋ 80 Avenue ਮੈਂ ਵਾਰ ਵਾਰ ਦੱਸਦਾ ਜੀ, 80 Avenue ਤੁਸੀਂ 128 ਤੋਂ ਲੈ ਕੇ ਅਤੇ ਇੱਧਰਲੇ ਬੰਨੇ 124 ਤੱਕ, ਮਾਫ਼ ਕਰਨਾ 132 ਤੱਕ ਤੁਸੀਂ ਅਵੋਇਡ ਕਰ ਸਕਦੇ ਹੋ, ਕਿਉਂਕਿ ਆਲਰੇਡੀ ਕੀ ਜਿਹੜਾ ਦੂਰ ਤੱਕ ਜੈਮ ਲੱਗ ਚੁੱਕਿਆ ਗੱਡੀਆਂ ਦਾ। ਉਹ ਪਿੱਛੇ ਤੱਕ ਗੱਡੀਆਂ ਦੀ ਤੁਸੀਂ ਦੇਖ ਸਕਦੇ ਹੋ ਲਾਈਨ ਅਪ ਦੂਰ ਤੱਕ ਹੋ ਚੁੱਕੀ ਆ। ਸੋ ਉੱਥੋਂ ਗੱਡੀਆਂ ਮੁੜੀ ਜਾ ਰਹੀਆਂ ਨੇ, ਤੁਸੀਂ 80 Avenue ਨੂੰ ਬਿਲਕੁਲ ਅਵੋਇਡ ਕਰ ਸਕਦੇ ਹੋ ਜੀ ਇੱਧਰੋਂ। ਮੇਰੇ ਖਿਆਲ ਲੋਕੇਸ਼ਨ ਤੋਂ ਜਿਹੜੇ ਲੋਕ ਨੇ ਸਮਝ ਚੁੱਕੇ ਹੋਏ ਨੇ ਆਲਰੇਡੀ, ਪਾਇਲ ਬਿਜ਼ਨਸ ਸੈਂਟਰ ਦੀ ਜਿਹੜੀ 80 Avenue ਤੋਂ ਐਂਟਰੈਂਸ 80 Avenue ਤੋਂ ਰੇਲਵੇ ਟਰੈਕਾਂ ਦੇ ਕੋਲ ਬਿਲਕੁਲ ਉਹਦੇ ਸਾਹਮਣੇ ਜਿਹੜਾ ਐਕਸੀਡੈਂਟ ਹੋਇਆ ਜੀ। ਥੈਂਕ ਯੂ ਜੀ, ਹੋਰ ਜਿਵੇਂ ਵੀ ਕੋਈ ਅਪਡੇਟ ਆਉਂਦੀ ਆ ਤੁਹਾਡੇ ਤੱਕ ਲੈ ਕੇ ਜ਼ਰੂਰ ਪਹੁੰਚਦੇ ਹਾਂ ਜੀ। ਜੋਗਰਾ ਸਿੰਘ ਕਾਲੋ ਨੂੰ ਇੱਥੇ ਦਿਵਾ ਗਿਆ, ਤੁਸੀਂ ਦੇਖੋ ਪ੍ਰਾਈਮੇਸ਼ੀਆ TV ਤੁਹਾਡਾ ਆਪਣਾ ਤੁਹਾਡੇ ਲਈ।
ਇਹ ਪ੍ਰਿੰਸੀਪਲ ਜੀ ਇਹ ਗੱਡੀਆਂ ਦਾ ਹੀ ਆਪਸ ਵਿੱਚ ਹੋਇਆ ਜੀ ਐਕਸੀਡੈਂਟ, ਚਾਰ ਗੱਡੀਆਂ ਕੁੱਲ ਇਹਦੇ ਨਾਲ ਨੁਕਸਾਨ ਹੋਇਆ ਜੀ, ਤਿੰਨ ਤੋਂ ਜ਼ਿਆਦਾ ਹੀ ਖਰਾਬ ਨੇ। ਰੇਲਵੇ ਟਰੈਕ ਦੇ ਪੋਲ ਵੀ ਜਿਹੜੇ ਉਹ ਡਿੱਗੇ ਨੇ। ਸੋ ਸਰੀ ਫਾਇਰ ਰਿਸਪੋਂਡਰ ਵੱਲੋਂ ਆ ਕੇ ਸਥਾਨਕ ਲੋਕਾਂ ਕੋਲੋਂ ਪੁੱਛਿਆ ਜਾ ਰਿਹਾ ਕਿ ਉਹ ਗੱਡੀ ਵਾਲਿਆਂ ਨੂੰ, ਗੱਡੀ ਦੇ ਵਿੱਚ ਜਿਹੜੇ ਮੌਜੂਦ ਸੀਗੇ ਉਹ ਇੱਥੇ ਨਹੀਂ ਹੈਗੇ, ਸੋ ਉਹਨਾਂ ਵੱਲੋਂ ਪੁੱਛਿਆ ਜਾ ਰਿਹਾ ਕਿ ਉਹ ਗੱਡੀ ਛੱਡ ਕੇ ਇੱਥੇ ਸ਼ਾਇਦ ਕਿਸੇ ਹੋਰ ਬੰਦੇ ਨੂੰ ਚਲੇ ਗਏ ਨੇ। ਬਿਲਕੁਲ ਜਿੰਦਰ ਜੀ, ਲੱਗਦਾ ਹੈ ਕਿ ਜਾਨੀ ਨੁਕਸਾਨ ਤੋਂ ਤਾਂ ਬਚਾ ਹੀ ਆ, ਕਿਉਂਕਿ ਬਿਲਕੁਲ ਹਾਦਸੇ ਤੋਂ ਤੁਰੰਤ ਬਾਅਦ ਅਸੀਂ ਪਹੁੰਚ ਗਏ ਸੀ, ਉਦੋਂ ਨਾਲ ਹੀ ਫਸਟ ਰਿਸਪੋਂਡਰਸ ਵੀ ਇੱਥੇ ਪਹੁੰਚ ਚੁੱਕੇ ਨੇ। ਸੋ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਦੇਖਿਆ ਸੀ ਜੀ ਇੱਥੇ ਜਦੋਂ ਹੋਇਆ ਜੀ, ਤੁਸੀਂ ਸੀਗੇ ਇੱਥੇ ਜਦੋਂ ਐਕਸੀਡੈਂਟ ਹੋਇਆ? ਅੱਛਾ, ਮੈਂ ਤੁਹਾਨੂੰ ਮਤ ਕਿਵੇਂ ਪਤਾ ਲੱਗਾ ਤੇਜ਼ ਸੀ, ਆਵਾਜ਼ ਆਈ ਸੀ? ਅੱਛਾ, ਭੱਜ ਕੇ ਗਏ ਨੇ? ਇੱਕ ਇੱਕ ਤਾਂ ਭੱਜ ਕੇ ਗਏ, ਹੌਲੀ ਹੌਲੀ ਗਿਆ ਹੈਗਾ, ਪਤਾ ਨਹੀਂ ਕਿੰਨੀ ਲੱਗੀ। ਕੀ ਲੱਗਦਾ ਐਕਸੀਡੈਂਟ ਹੋਇਆ ਕਿ ਜਾਂ ਆਪਸ ਵਿੱਚ? ਨਹੀਂ ਨਹੀਂ, ਐਕਸੀਡੈਂਟ ਹੋਇਆ ਜੀ। ਅੱਛਾ, ਤਿੰਨ ਗੱਡੀਆਂ ਹੋਏ, ਕੋਹ ਖੜੀ ਆ ਗਏ ਅੰਦਰ, ਆ ਕੇ ਖੰਭਾ ਟੁੱਟ ਗਿਆ ਜੱਟੀ ਦਾ। ਓਕੇ, ਬਾਕੀ ਇਹ ਭਾਜੀ ਸੀਗੇ, ਉਹਨਾਂ ਨੇ ਦੇਖਿਆ, ਕਹਿੰਦੇ ਮੈਂ ਲੈਫਟ ਮੈਂ ਜੇ ਰਾਈਟ ਟਰਨ ਕਰਨਾ ਕਰ ਸਕਦਾ ਜੀ ਜਲਦੀ? ਹਾਂ ਹਾਂ, ਮੈਂ ਕਿਹਾ ਜਲ ਕੋਈ ਗੱਲ ਨਹੀਂ, ਇੱਥੇ ਵੀ ਲੈ ਲੈ ਜੀ, ਮੈਂ ਪਹਿਲੀ ਗੱਲ ਨਿਕਲ ਰਿਹਾ ਜੀ। ਜੀ, ਮੈਂ ਕਿਹਾ ਮੈਂ ਵੀ ਸਮਝ ਕੇ ਜੇ ਨਿਕਲਣਾ ਨਾ, ਤੇ ਉਹ ਲੈਫਟ ਵਾਲਾ ਜੀ ਮੈਨੂੰ ਪਹਿਲਾਂ ਕੰਮ ਕਰ ਗਿਆ, ਮੈਂ ਹਜੇ ਰਾਈਟ ਕਰਨ ਲੱਗਦਾ ਜਦੋਂ ਤੱਕ ਮਤਲਬ ਸੀਗੇ ਸਾਰੇ ਇਸੇ ਸਾਈਡ ਦੇ ਉੱਤੇ, ਇੱਕੋ ਸਾਈਡ ਤੋਂ? ਅੱਛਾ, ਉਧਰੋਂ ਉਹ ਸਾਹਮਣੇ ਪਲਾਜ਼ੇ ਵੱਲੋਂ ਨਿਕਲ ਰਹੇ ਸੀ, ਉਹ ਪਲਾਜ਼ੇ ਵੱਲੋਂ ਨਿਕਲਿਆ ਸੀ, ਇਹ ਸਿੱਧੇ ਆ ਰਹੇ ਸੀ, ਥਰੂ ਸੀਗਾ। ਓਕੇ 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 ਅੱਛਾ, ਸੋ ਇੱਕ ਗੱਡੀਆਂ ਉਹ ਸਾਹਮਣੇ ਪਲਾਜ਼ੇ ਵੱਲੋਂ ਨਿਕਲ ਰਹੀ ਸੀ ਅਤੇ ਦੂਸਰੀ ਗੱਡੀ ਸਿੱਧੀ ਸਪੀਡ ਦੇ ਵਿੱਚ ਆ ਰਹੀ ਸੀ। ਸੋ ਲਾਈਟਾਂ ਦੇ ਉੱਤੇ ਇਹ ਜੋ ਜਿੱਥੋਂ ਤੱਕ ਸਥਾਨਕ ਲੋਕਾਂ ਕੋਲੋਂ ਪਤਾ ਲੱਗਾ ਕਿ ਉਹ ਪਾਇਲ ਬਿਜ਼ਨਸ ਸੈਂਟਰ 'ਚੋਂ ਜਿਹੜਾ ਰਸਤਾ ਨਿਕਲਦਾ ਉਹਦੇ ਵਿੱਚੋਂ ਨਿਕਲੀ ਗੱਡੀ ਅਤੇ ਦੂਸਰੀ ਗੱਡੀ ਆਲਮੋਸਟ ਇਹਨਾਂ ਨੂੰ ਦੱਸਿਆ ਗਿਆ ਕਿ 100 ਦੀ ਸਪੀਡ ਦੇ ਕਰੀਬ ਦੱਸੀ ਜਾ ਰਹੀ ਹੈ ਜੀ। ਸੋ ਇਹ ਪਲਟ ਕੇ ਗੱਡੀ ਜਿਹੜੀ ਉਸ ਤਰਫ ਫਿਰ ਰੋਂਗ ਸਾਈਡ 'ਤੇ ਜਾ ਕੇ ਡਿੱਗੀ ਆ। ਨਿਕਲ ਕੇ ਜਿਹੜੇ ਵੀ ਸੀਗੇ ਸਥਾਨਕ ਉਹ ਲਾਗੇ ਬੰਨੇ ਕਿਤੇ ਜਾ ਚੁੱਕੇ ਨੇ, ਪੁਲਿਸ ਪਹੁੰਚ ਗਈ ਹੈ, ਸੋ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਠੀਕ ਹੈ ਜੀ, ਇੱਥੇ ਤੁਸੀਂ ਦਿਓ ਆਗਿਆ, ਜਿਵੇਂ ਵੀ ਕੋਈ ਹੋਰ ਅਪਡੇਟ ਆਉਂਦੀ ਆ। ਜਿਵੇਂ ਕੋਈ ਹੋਰ ਅਪਡੇਟ ਆਉਂਦੀ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਦੇ ਹਾਂ ਜੀ। ਜੋਗਰਾਜ ਸਿੰਘ ਕਾਲੂ ਨੂੰ ਦਿਓ ਆਗਿਆ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀ ਵੀ ਜੀ। ਥੈਂਕ ਯੂ।